ਉਸਤਾਦ ਜੀ, ਉਸਤਾਦ ਜੀ, ਮੈਂ ਤੁਹਾਡਾ ਨਾਮ ਬਹੁਤ ਸੁਣਿਆ, ਮੈਂ ਵੀ ਗਰਲਫ੍ਰੈਂਡ ਬਣਾਉਣੀ ਚਾਹੁੰਦਾ। ਗਰਲਫ੍ਰੈਂਡ ਬਣਾਉਣੀ? ਬਿਲਕੁਲ ਬਣ ਜਾਊ। ਲਵ ਗੁਰੂ ਐਵੇਂ ਥੋੜੇ ਕਹਿੰਦੇ ਆ। ਉਸਤਾਦ ਜੀ, ਉਸਤਾਦ ਜੀ, ਮੈਂ ਬਹੁਤ ਕੋਸ਼ਿਸ਼ ਕਰਦਾ ਪਰ ਹਰੇਕ ਕੁੜੀ ਮਨਾ ਕਰ ਜਾਂਦੀ ਆ। ਕੋਈ ਚੱਕਰ ਵਾਲੀ ਗੱਲ ਨਹੀਂ, ਗਰਲਫ੍ਰੈਂਡ ਬਣੂਗੀ, ਬੇਸ਼ੱਕ ਬਣੂਗੀ। ਬਸ ਤੁਸੀਂ ਮੇਰਾ ਇੱਕ ਸਵਾਲ ਦਾ ਜਵਾਬ ਦੇਣਾ ਵੀ ਮੰਨ ਲਓ ਬਹੁਤ ਸਾਰੀਆਂ ਹਸੀਨ ਵਾਦੀਆਂ ਪਹਾੜੀਆਂ ਦੇ ਵਿੱਚ ਠੰਡਾ ਮੌਸਮ, ਰੋਮਾਂਟਿਕ ਮੌਸਮ, ਤੁਸੀਂ ਅਤੇ ਤੁਹਾਡੀ ਗਰਲਫ੍ਰੈਂਡ ਇੱਕ ਕਮਰੇ ਦੇ ਵਿੱਚ ਇਕੱਲੇ ਬੰਦ ਹੋ, ਤਾਂ ਤੁਸੀਂ ਕੀ ਕਰੋਗੇ? ਉਸਤਾਦ ਜੀ, ਅਸੀਂ ਦੋਵੇਂ ਚਾਹ ਪੀਵਾਂਗੇ। ਮੰਨ ਲਓ ਚਾਹ ਹੈ ਨਹੀਂ ਉੱਥੇ, ਤਾਂ ਫਿਰ ਕੀ ਕਰੋਗੇ? ਅਸੀਂ ਚਾਹ ਬਣਾ ਕੇ ਪੀਵਾਂਗੇ ਜੀ। ਓ ਨੋ, ਮੰਨ ਲਓ ਚਾਹ ਦਾ ਉੱਥੇ ਕੋਈ ਸਮਾਨ ਹੈ ਨਹੀਂ, ਤਾਂ ਫਿਰ ਕੀ ਕਰੋਗੇ? ਉਸਤਾਦ ਜੀ, ਫਿਰ ਮੈਂ ਆਪਣੀ ਗਰਲਫ੍ਰੈਂਡ ਦਾ ਚਿਹਰਾ ਆਪਣੇ ਹੱਥਾਂ 'ਚ ਫੜੂੰਗਾ, ਉਹਨੂੰ ਬੜੇ ਪਿਆਰ ਨਾਲ ਕਹੂੰਗਾ, ਡਾਰਲਿੰਗ। ਸਹੀ ਜਾ ਰਿਹਾ? ਤੂੰ 5 ਮਿੰਟ ਬੈਠ, ਮੈਂ ਚਾਹ ਦਾ ਸਮਾਨ ਲੈ ਕੇ ਆਉਣਾ, ਫਿਰ ਚਾਹ ਬਣਾ ਕੇ ਪੀਂਦੇ ਹਾਂ। ਉਸਤਾਦ ਜੀ, ਤੁਹਾਡੀ ਗਰਲਫ੍ਰੈਂਡ, ਉਸਤਾਦ ਜੀ, ਚਾਹ।